ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਸੈਂਟੈਂਸ ਕਰਾਂਗੇ ਪਹਿਲਾ ਸੈਂਟੈਂਸ ਹੈ ਮੋਟੀਵੇਸ਼ਨ ਇਜ਼ ਦਾ ਕੀ ਟੂ ਸਕਸੈਸ ਮੋਟੀਵੇਸ਼ਨ ਲਾ ਮੋਟੀਵੇਸ਼ਨ ਕੀ ਕੀ ਹੁੰਦਾ ਹੈ ਚਾਬੀ ਕਲਾਵੇ ਸਕਸੈਸ ਐਕਸੀ ਤੋਂ ਐਕਸੀ ਤੋਂ ਜਦੋਂ ਕਹਿਣਾ ਹੈ ਤਾਂ ਮਤਲਬ ਇਹ ਦੇ ਉੱਪਰ ਅਸੀਂ ਤੋਂ ਪਾਉਣਾ ਹੈ ਔਰ ਇੱਥੇ ਮੋਟੀਵੇਸ਼ਨ ਸਪੈਲਿੰਗ ਇੱਥੇ ਜਿੱਦਾਂ T I O ਵੈਣਾ ਉੱਥੇ S E ਉਹ ਇਹ ਨੇ ਉਹ ਦੇ ਉੱਪਰ ਅਸੀਂ ਤੋਂ ਲਗਾਉਣਾ ਹੈ ਠੀਕ ਹੈ ਨਹੀਂ ਲਗਾਓ ਤਾਂ ਗਲਤ ਹੋਵੇਗਾ ਜਿਹੜਾ ਲਾ ਬਾਕੀ ਜਿਹੜਾ ਸਾਰਾ ਪਾਰਟ ਹੈ ਗ੍ਰਾਮਰ ਹੈ ਮੋਟੀਵੇਸ਼ਨ ਲਾਵੇ ਐਕਸੀ ਤੋਂ ਗ੍ਰਾਮਰ ਅਦਰ ਪਾਰਟ ਇਸ ਗ੍ਰਾਮਰ ਲਾ ਕੀ ਹੋ ਗਿਆ ਆਰਟੀਕਲ ਇਜ਼ ਕੀ ਹੈ ਹੈਲਪਿੰਗ ਵਰਬ ਇਜ਼ ਪੰਜਾਬੀ ਵਿੱਚ ਹੈ ਲਾ ਵੀ ਹੋ ਗਿਆ ਆਪਣਾ ਆਰਟੀਕਲ ਦੇਲ ਦੇਲ ਵੀ ਜਿਹੜਾ ਹੈ ਨਾ ਇਸ ਨੂੰ ਇਦਾਂ ਨਹੀਂ ਰਟਾ ਲਗਾਣਾ ਕੋਸ਼ਿਸ਼ ਇਸ ਨੂੰ ਇਦਾਂ ਹੀ ਯਾਦ ਕਰ ਲੈਣਾ ਨਹੀਂ ਦੇ ਹੋ ਗਿਆ ਪ੍ਰੈਪੋਜੀਸ਼ਨ ਔਰ ਇਥੇ ਨਾ ਏ ਲੈਗਸੀ ਤੋਂ ਇਸ ਤਰੀਕੇ ਨਾਲ ਜਦੋਂ ਦੇ ਔਰ ਏਲ ਮਤਲਬ ਇਸ ਤਰੀਕੇ ਨਾਲ ਇਹ ਵਾਲਾ ਜਿਹੜਾ ਆਰਟੀਕਲ ਹੈ ਉਹ ਏਲ ਹੋਵੇ ਤਾਂ ਫਿਰ ਇਸ ਨੂੰ ਦੇ ਏ ਲੈਗਸੀ ਤੋਂ ਨਹੀਂ ਕਹਿੰਦੇ ਫਿਰ ਇਸ ਨੂੰ ਇਕੱਠਾ ਕਰ ਦਿੰਦੇ ਇਸ ਤਰੀਕੇ ਨਾਲ ਠੀਕ ਹੈ ਸੋ ਇਹ ਚੀਜ਼ਾਂ ਸਮਝਣੀਆਂ ਜ਼ਰੂਰੀਆਂ ਨੈਕਸਟ ਸੈਂਟੈਂਸ ਹੈ ਇਫ देयर इज नो ਸੋਲੂਸ਼ਨ ਇਟਸ ਇਟ ਬਿਕਾਜ਼ देयर इज नो ਪ੍ਰੋਬਲਮ ਵਨ ਸੈਕਿੰਡ ਓਕੇ ਇਫ देयर इज नो ਸੋਲੂਸ਼ਨ if no kenda hai c e matlab haan wala c nahi hai oh bhi c hai apan kenne haan but if no we c c no i mean guna solution i matlab h silent hai nin guna koi bhi theek hai solution matlab je agar koi hal nahi hai ta kyun nahi hai kyuki koi problem hi nahi hai because there is no problem as k ਮਤਲਬ ਇਸ ਦਾ ਮਤਲਬ ਹੋ ਗਿਆ देयर ਇਸ ਕੇ ਨੋ ਆਈ ਨਿੰਗੁਨ ਪ੍ਰੋਬਲਮਾ ਠੀਕ ਹੈ ਪ੍ਰੋਬਲਮਾ ਅ ਸੋਲੂਸ਼ਨ ਸੋਲੂਸ਼ਨ ਜਿਹੜਾ ਇਹ ਯਾਦ ਰੱਖਣਾ ਵਕੀਬ ਔਰ ਬਾਕੀ ਜਿਹੜਾ ਹੈ ਅਗੇਨ ਗ੍ਰਾਮਰ ਪਾਰਟ ਨੋ ਆਈ देयर ਇਸ ਮਤਲਬ ਇਸ ਨੂੰ ਜਿਹੜਾ ਐਚ ਸਾਈਲੈਂਟ ਜਿੱਦਾਂ ਮੈਂ ਕਿਹਾ ਦੱਸਿਆ ਹੋਇਆ ਨੋ ਆਈ ਨਿੰਗੁਨ ਸੋਲੂਸ਼ਨ ਇਜ਼ ਜਿਹੜਾ ਹੋ ਗਿਆ ਉਹ ਇਜ਼ ਹੈ ਹੈਲਪਿੰਗ ਵਰਬ ਕੇ ਨੋ ਆਈ ਨਿੰਗੁਨ ਪ੍ਰੋਬਲਮਾ ਠੀਕ ਹੈ ਇਹ ਸੀਗੀ ਅੱਜ ਦੀ ਸ਼ਾਰਟ ਵੀਡੀਓ ਉਮੀਦ ਹੈ ਕਿ ਵੀਡੀਓ 유ਸਫੁਲ ਰਹੀ ਹੋਵੇਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ